ਜੋ ਬੱਚੇ ਫਿਲਮ ਮੇਕਿੰਗ ਦੇ ਵਿੱਚ ਇੰਟਰਸਟਿਡ ਨੇ ਪੰਜਾਬ ਦੇ ਜਾਂ ਇੰਡੀਆ ਦੇ, ਉਹਨਾਂ ਲਈ ਕੋਈ ਮੈਸੇਜ? ਬਹੁਤ ਵਧੀਆ ਲਾਈਨ ਨੇ, ਬਿਲਕੁਲ ਟਰਾਈ ਕਰੋ, ਹੈ ਨਾ। ਪਹਿਲਾਂ ਤਾਂ ਕਿਉਂਕਿ ਹੁੰਦਾ ਨੋਰਮਲੀ ਬਹੁਤ ਜ਼ਿਆਦਾ ਹੁੰਦਾ ਜਿਹੜੇ ਬੱਚੇ ਫਿਲਮ ਫੈਮਿਲੀ ਤੋਂ ਬਿਲੋਂਗ ਨਹੀਂ ਕਰਦੇ, ਉਹਨਾਂ ਦਾ ਇੱਥੇ ਫਿਲਮ ਲਾਈਨ 'ਚ ਟਰਾਈ ਕਰਨਾ ਬਹੁਤ ਜ਼ਿਆਦਾ ਔਖਾ ਹੁੰਦਾ। ਸਭ ਤੋਂ ਪਹਿਲਾਂ ਤਾਂ ਘਰੇ ਲੜਾਈ ਲੜਨੀ ਸਭ ਤੋਂ ਔਖੀ ਹੈ। ਲੇਕਿਨ ਟੂਡੇਜ ਟਾਈਮ ਦੇਰ ਆ ਪ੍ਰੋਪਰ ਪਲੈਟਫਾਰਮ, ਦੇ ਆਰ ਪ੍ਰੋਪਰ ਫਿਲਮ ਸਕੂਲ, FTI ਪੂਨਾ ਇਜ਼ ਦੇਅਰ, ਮਿਸਿੰਗ ਬੋਰਡ ਬੰਬੇ ਐਂਡ ਆ ਮਿਸਿੰਗ ਬੋਰਡ ਇੰਟਰਨੈਸ਼ਨਲ ਇਜ਼ ਦੇਅਰ। ਸੋ ਅਟੈਂਪਟ ਜ਼ਰੂਰ ਕਰੋ, ਲੇਕਿਨ ਪੜ੍ਹ ਕੇ ਆਓ, ਹੈ ਨਾ। ਸਿਨੇਮਾ ਨੂੰ ਪੜ੍ਹੋ, ਸਿਨੇਮਾ ਨੂੰ ਸਿੱਖੋ, ਉਸ ਤੋਂ ਬਾਅਦ ਅਟੈਂਪਟ ਕਰੋ। ਗੋਨ ਆਰ ਦੋਜ਼ ਡੇਜ਼ ਕਿ ਤੁਸੀਂ ਕਿਸੇ ਨੂੰ ਅਸਿਸਟ ਕਰਨਾ ਸ਼ੁਰੂ ਕਰਤਾ, ਹੈ ਨਾ, ਫਿਰ ਉਸ ਤੋਂ ਬਾਅਦ ਤੁਹਾਨੂੰ ਚਾਂਸ ਮਿਲ ਜਾਊਗਾ। ਗੋਨ ਆਰ ਦੋਜ਼ ਡੇਜ਼। ਅੱਜ ਦੀ ਡੇਟ 'ਚ ਚਾਂਸ ਮਿਲਣਾ ਬਹੁਤ ਜ਼ਿਆਦਾ ਆਸਾਨ ਹੋ ਗਿਆ ਹੈ, ਬਿਕੋਜ਼ ਦੇਰ ਆਰ ਸੋ ਮੈਨੀ ਪਲੈਟਫਾਰਮਸ, ਹੈ ਨਾ, ਦੇਰ ਇਜ਼ OTT, ਦੇਰ ਇਜ਼ ਸਿਨੇਮਾ, ਦੇਰ ਆਰ ਐਡਸ, ਦੇਰ ਆਰ ਮਿਊਜ਼ਿਕ ਵੀਡੀਓਜ਼। ਬਟ ਉਹ ਕਰਨ ਲਈ ਆਪਣੀ ਕਰਾਫਟ 'ਤੇ ਜ਼ਰੂਰ ਕੰਮ ਕਰੋ, ਕਿਉਂਕਿ ਅੰਨੇ ਦਿਨ ਅੱਗੇ ਤੁਹਾਨੂੰ ਆਪਣੀ ਕਰਾਫਟ ਦੇ ਬਾਰੇ ਨਹੀਂ ਪਤਾ ਹੈ ਤਾਂ ਫਿਰ ਚੀਜ਼ ਔਖੀ ਹੋ ਜਾਂਦੀ।